ਖਾਖੜਾ ਨਹਿਰ ਦੇ ਕੋਲੇ ਦੇਰ ਰਾਤ STF ਅੰਬਾਲਾ ਤੇ ਬਦਮਾਸ਼ ਵਿਚਕਾਰ ਹੋਇਆ ਮੁਕਾਬਲਾ, ਜਿਸ ਦੌਰਾਨ ਬਦਮਾਸ਼ ਅਮਿਤ ਸ਼ਾਹ ਦੇ ਪੈਰ ਤੇ ਲੱਗੀ ਗੋਲੀ। ਅਮਿਤ ਸ਼ਾਹ ਨੇ ਕੁਰੂਕਸ਼ੇਤਰ ਦੇ ਮਸ਼ਹੂਰ ਮਾਲ ਆਪਰੇਟਰ ਤੋਂ 50 ਲੱਖ ਰੁਪਏ ਦੀ ਮੰਗੀ ਸੀ ਫਿਰੌਤੀ, ਜਿਸ ਦੇ ਉਸ ਉੱਤੇ ਲੱਗੇ ਗਏ ਸੀ ਦੋਸ਼। ਕਾਫੀ ਦਿਨਾਂ ਤੋਂ ਪੁਲਿਸ ਇਸ ਦੀ ਕਰ ਰਹੀ ਸੀ ਭਾਲ। ਜ਼ਖਮੀ ਹੋਏ ਅਮਿਤ ਸ਼ਾਹ ਨੂੰ ਪੁਲਿਸ ਨੇ ਕਾਬੂ ਕਰਕੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ। और अपराधी ने पुलिस पर हमला कर दिया था, इनकाउंटर हुआ था, और ज़्यादा डिटेल मुझे अभी पता नहीं है, ज़्यादा डिटेल पता लगने के बाद ही आपको बता दूँगा। तो गोली तो लगी है ना पैर? अभी वेरीफाई करने लग रहे, गोली तो लगी है।